शाबाश बेटा, बहुत बढ़िया। ओके चलो स्टार्ट करिए। सत श्री अकाल, वेलकम। चल सारी हमने देखना था सीना के। ओ भाई मारो मुझे, मारो मारो मुझे, मारो मारो। नहीं ये मजाक हो रहा है, एक सेकंड यार, मजाक हो रहा है। सत श्री अकाल, वेलकम टू योर वाले ब्लॉग। ताड़ा बहुत बहुत स्वागत है साढ़े नवे ब्लॉग दे विच। आज असी जा रहे हैं लिस्बन। असी आज जावांगे एक साउथ इंडियन रेस्टोरेंट पे, ब्रेकफास्ट करांगे डोसेरा। सवेरे असी सिर्फ सीरियल्स खाते ने, सो असी सोचा कि आज असी साउथ इंडियन रेस्टोरेंट है, एक उत्थे एक ब्रेकफास्ट करांगे। ते बने रहो साडे नाल ते नाले एंजॉय करो एक बारी दोबारा तो वाइट ब्रिज। लेट्स गो। सब तो बड़ा ब्रिज ਅੱਜ ਅਸੀਂ ਆਏ ਹੋਏ ਆ ਦੁਬਾਰਾ ਤੋਂ ਲਿਸਬਨ। ਅਸੀਂ ਅੱਜ ਆਏ ਆ ਆਪਣਾ ਬ੍ਰੇਕਫਾਸਟ ਕਰਨ। ਸਾਊਥ ਇੰਡੀਅਨ ਰੈਸਟੋਰੈਂਟ ਹੈ ਕੋਸਟਾ ਦੋ ਮਲਬਾਰ। ਇਹ ਇਸ ਟਾਈਮ ਅਸੀਂ ਜਿੱਥੇ ਖੜੇ ਹੋਏ ਆ ਇਹ ਅਲਮੇਦਾ ਆ ਜਗ੍ਹਾ, ਜਦੋਂ ਆਪਣੇ ਇੱਥੇ ਨਗਰ ਕੀਰਤਨ ਵਗੈਰਾ ਹੁੰਦਾ ਆ ਤੇ ਉਹ ਇਹੀ ਪਾਰਕ ਆ ਜਿੱਥੇ ਸਾਰਾ ਇਵੈਂਟ ਉਹ ਆਰਗੇਨਾਈਜ਼ ਕਰਦੇ ਆ। ਲੋਕ ਇੱਥੇ ਸਾਰਾ ਇਕੱਠੇ ਹੁੰਦੇ ਨੇ, ਇੱਥੇ ਫਾਊਂਟੇਨਸ ਵਗੈਰਾ ਚੱਲਦੇ ਨੇ, ਸੋ ਵਾਕਿੰਗ ਪਾਰਕ ਫਨ ਐਵਰੀਥਿੰਗ ਵਧੀਆ ਏਰੀਆ। ਤੁਹਾਨੂੰ ਦਿਖਾਉਂਦੇ ਆ ਪਾਰਕ ਔਰ ਨਾਲ ਦੀ ਨਾਲ ਆਪਾਂ ਚੱਲਦੇ ਆ ਰੈਸਟੋਰੈਂਟ ਤੇ ਤੇ ਖਾਣੇ ਆ ਖਾਣਾ ਤੇ ਦਿੰਨੇ ਆ ਰਿਵਿਊ ਤੁਹਾਨੂੰ ਖਾਣੇ ਦਾ। ਸੋ ਨਾਲ ਰਹੋ, ਚੱਲਦੇ ਆ ਅੱਗੇ। ਸਾਈਡ ਤੇ ਆ ਜੀ ਰੈਸਟੋਰੈਂਟ। ਚੱਲਦੇ ਆ ਤੇ ਨਾਲ ਰਹੋ। ਆਰੇ ਬੁੱਲਾ ਜੀ, ਚਲੋ ਖਾਣਾ ਖਾਈਏ, ਪੇਟ ਪੂਰਾ ਕਰੀਏ। ਚਲੋ ਵੀ ਚਲੀਏ ਤੇ ਛਕੀਏ ਡੋਸਾ। ਡੋਸਾ ਸਾਊਥ ਇੰਡੀਅਨ ਫੂਡ। ਅੱਜ ਸਾਡੇ ਨਾਲ ਹੈਰੀ ਵੀ ਆਇਆ ਹੋਇਆ ਹੈ ਤੇ ਫਤਿਹਰਾਜ। ਚਲੋ ਚਲੀਏ ਉੱਧਰ। चाचू नु सताया जा रहा है पूरा। आ जाओ अपने, रेड हो गई। हेलो फतेह, फतेह हेलो, फतेह हेलो, फतेह हेलो नहीं करनी, कैमरे च हेलो करो। हाय हाय, चलो लेट्स गो। लो जी पहुंच गए हैं ब्रेकफास्ट ली, कोस्टा द मलबार। ਪਹੁੰਚ ਗਏ ਇੱਥੇ ਬੰਦੇ, ਸੋਹਣਾ ਤਰੀਕੇ ਨਾਲ ਕੀਤਾ, ਬਹੁਤ ਸੋਹਣਾ ਆ ਬਣਾਇਆ ਹੋਇਆ। ਕਰਦੇ ਹਾਂ ਡਰਾਈ ਫੂਡ ਇਹਨਾਂ ਦਾ। ਅਸੀਂ ਆਰਡਰ ਕੀਤਾ ਸੀ ਦਾਲ ਵੜਾ, ਚਾਰ ਮੈਂਗੋ ਲੱਸੀ ਤੇ ਆ ਪਨੀਰ ਪਕੌੜੇ ਦਾ, ਪਕੌੜੇ ਨਹੀਂ ਪਨੀਰ ਫਿੰਗਰ ਦੇ ਗਏ ਨੇ, ਟਰਾਈ ਕਰਦੇ ਹਾਂ। ਪ੍ਰੈਜੈਂਟੇਸ਼ਨ ਬਹੁਤ ਵਧੀਆ ਆ ਤੇ ਬਹੁਤ ਦੇਖੋ ਫਤਿਹਰਾਜ ਟੇਕ ਨਹੀਂ ਰਹੀ। ਚਲੋ ਜੀ ਮੈਂ ਕਹਿੰਦਾ ਜੀ ਪੈ ਜਾਓ ਭਾਜੀ, ਇੱਦਾਂ ਪੈ ਜਾਓ ਜਿੱਦਾਂ ਬੱਕੀਆਂ ਮਿੱਟੇ ਨੂੰ ਪੈਂਦੀਆਂ। ਲਓ ਜੀ ਪੂਨਮ ਦਾ ਅਤੇ ਹੈਰੀ ਦਾ ਮਸਾਲਾ ਡੋਸਾ ਆ ਗਿਆ ਔਰ ਬਹੁਤ ਵਧੀਆ ਪ੍ਰੈਜੈਂਟੇਸ਼ਨ ਆ। ਆਹ ਸਾਂਬਰ ਆ ਅਤੇ ਉਹ ਕੋਕੋਨਟ ਚਟਨੀ ਅਤੇ ਆਹ ਬੰਦਾ ਜੀ ਜਿੰਨੇ ਹੁਣ ਇਹਨੂੰ ਗੇੜਾ ਦੇਣਾ ਵਾ। ਆਹ ਦੇਖੋ ਸਾਡਾ ਬੱਚਾ,
कोशिश कर रहे हैं कि भजिए तो मैं हूँ अपना डोसा वेट कर रहा जिहड़ा मैसूर डोसा आ वो खड़के आना सारा तुम पा दो इन्नी हाँ जी पहली बाइट जा रही है इधर पूनम भी शुरू कर लगी है यार चमचा तेरा छोटा वो सांबर च मैसूर डोसा चक देखते मजे लेने फतेह ने वक्त पाया हाँ जी सर किदा लो जी अंगूठा खड़ा हो गया फतेह खान लगा अपनी फेवरेट डिश डोसा आप मैंगो लस्सी मैसूर डोसा मसाला डोसा दाल वड़ा एंड पनीर फिंगर्स फतेह राज ने इंजॉय किया चलो दसो खाना जो मैं डोसा खांदा पिया ही मैं ओदा घुट भरदा सीगा वी ओह थल्ले लंघ जे पंजाबी डिश बन जांदी पंजाबी डिश बन जांदी ओह ज्यादा गले च फस जांदा सी पनीर फिंगर्स गुड 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 ਆਪਾਂ ਗੱਲ ਵਿੱਚ ਰਹਿ ਗਈ ਸੀ ਜਿਹੜਾ ਉਹਨਾਂ ਦਾ ਇਨਵਾਇਰਮੈਂਟ ਬੜਾ ਵਧੀਆ ਸੀ ਰੈਸਟੋਰੈਂਟ ਨੂੰ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਮੈਨੇਜ ਕੀਤਾ ਸੀ ਡੋਸੇ ਨੂੰ ਮੈਂ ਆਊਟ ਆਫ 10 8.5 ਦਿੰਨਾ ਕਿਉਂਕਿ ਕਾਫੀ ਸਵਾਦ ਸੀ ਡੋਸਾ ਉਹਨਾਂ ਦਾ ਮੈਂ 8.5 ਕਿੰਨਾ 0.5 ਕੱਟੇ ਵਿਚਾਰੇ ਉਹ ਤਾਂ 0.5 ਨੇ ਡੇਢ ਕੱਟ ਲਿਆ ਹਾਂ ਬਿਕਾਜ਼ ਜਿਹੜਾ ਜੋ ਇੰਡੀਆ ਦਾ ਹੈਗਾ ਨਾ ਟੱਚ ਜਿਹੜਾ ਹੁੰਦਾ ਜਿਹੜੀ ਵਾਈਬ ਇੰਡੀਅਨ ਫਤੇ ਆਊਟ ਆਫ ਕੰਟਰੋਲ ਫਤੇ ਜਾਣਾ ਚਾਹੁੰਦਾ ਮਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਅਸੀਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੋਰ ਬੜੀ ਵਧੀਆ ਚੀਜ਼ ਦਿਖਾਉਣ ਜਾ ਰਹੇ ਹਾਂ ਜੋ ਪਲਾਨ ਸਾਡਾ ਅੱਜ ਵੀ ਸੀ ਪਰ ਅੱਜ ਕੈਨਸਲ ਕਰ ਦਿੱਤਾ ਬਿਕੋਜ਼ ਫਤੇ ਟਾਇਰਡ ਜਿਵੇਂ ਤੁਹਾਨੂੰ ਪਿਛਲੇ ਵਲੌਗ ਵਿੱਚ ਬੜਾ ਕੁਝ ਦੱਸਿਆ ਕਿ ਇੱਥੇ ਦੁਨੀਆ ਦਾ ਆਖਰੀ ਕੋਨਾ ਹੈ ਇੱਥੇ ਔਰ ਯੂਰਪ ਦਾ ਸਭ ਤੋਂ ਵੱਡਾ ਬ੍ਰਿਜ ਹੈ ਇੱਥੇ ਔਰ ਇਦਾਂ ਹੀ ਇੱਥੇ ਇੱਕ ਬਹੁਤ ਵਧੀਆ ਚੀਜ਼ ਆ ਜਿਹੜੀ ਤੁਹਾਨੂੰ ਅਸੀਂ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਵਲੌਗ ਨੂੰ ਸ਼ੇਅਰ ਜ਼ਰੂਰ ਕਰੋ।